ਅੱਜ ਵੀ ਹਵੇਲੀ ਸੁੰਨਸਾਨ ਪਈ ਹੈ, ਛੋਟੇ ਸਾਹਿਬਜ਼ਾਦਿਆਂ ਦੀ ਪਹਿਚਾਣ ਪਈ ਹੈ। ਕੋਈ ਤਾਂ ਕਰ ਦਿਓ ਗੱਲ ਦੇ ਵੱਲ ਦੀ, ਸ਼ੀਸ਼ੇ 'ਚ ਮੜਾ ਦਿਓ ਹਵੇਲੀ ਟੋਡਰ ਮੱਲ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡੇਲੀ ਪੋਸਟ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਮਨਪ੍ਰੀਤ ਖੁੱਲਰ ਸਵਾਗਤ ਕਰਦੀ ਹਾਂ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਰੀਬ 1 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਹ ਹਵੇਲੀ ਦੀਵਾਨ ਟੋਡਰ ਮੱਲ ਜੀ ਦੀ, ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਰਿਹਾ ਕਰਦੇ ਸੀ, ਉਹ ਬੜੇ ਹੀ ਸ਼ਿੱਦਤ ਦੇ ਨਾਲ ਬਣੀ ਇਹ ਹਵੇਲੀ, ਸਰਹੰਦੀ ਇੱਟਾਂ ਦੇ ਨਾਲ ਬਣੀ ਇਹ ਹਵੇਲੀ। ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇਹ ਹਵੇਲੀ ਦਿਖਾ ਦੇਣ, ਤੁਹਾਨੂੰ ਦਰਸ਼ਨ ਕਰਵਾ ਦੇਣ ਕਿ ਕਿਵੇਂ ਅੱਜ ਵੀ ਇਹ ਹਵੇਲੀ ਜੋ ਹੈ ਸੁੰਨਸਾਨ ਪਈ ਹੈ। ਇਹ ਹਵੇਲੀ ਇਸ ਢੰਗ ਅਤੇ ਤਕਨੀਕ ਨਾਲ ਬਣਾਈ ਗਈ ਹੈ ਕਿ ਅੱਜ ਵੀ ਗਰਮੀ ਦੀਆਂ ਤਪਦੀਆਂ ਦੁਪਹਿਰਾਂ ਦੇ ਵਿੱਚ ਇਹ ਹਵੇਲੀ ਦੇ ਵਿੱਚ ਠੰਡ ਉਸਾਰੀ ਜਾਂਦੀ ਹੈ। ਇਹ ਨਿੱਕੀਆਂ ਸਰਹੰਦੀ ਇੱਟਾਂ ਵਿਚਾਲੀ ਠੰਡ ਕਈ ਹੋਕਿਆਂ ਦਾ ਸੇਕ ਆਪਣੇ ਅੰਦਰ ਸਮੋਈ ਬੈਠੀਆਂ ਨੇ। ਇਸ ਹਵੇਲੀ ਨੇ ਬੇਵਸ ਮਨੁੱਖਾਂ ਵਾਂਗ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਧੱਕਿਆ ਹੈ, ਟੋਡਰ ਮੱਲ ਤੇ ਉਸ ਦੀਆਂ ਤਾਹਾਂ ਨੂੰ ਹੰਡਾਇਆ ਹੈ। ਹੋਰ ਇਹ ਕਰ ਵੀ ਕੀ ਸਕਦੀ ਸੀ ਸਿਵਾਏ ਵਿਕਣ ਤੋਂ। ਇਸ ਦੇ ਵੱਟੇ ਮੁੱਲ ਦੇ ਨਾਲ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਖਰੀਦ ਕੇ ਸਾਹਿਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ। ਇਸ ਹਵੇਲੀ 'ਚੋਂ ਟੋਡਰ ਮੱਲ ਦੀ ਰੂਹ ਇੱਕ ਵਾਰ ਫਿਰ ਕੁਰਲਾਈ ਹੋਵੇਗੀ, ਜਦੋਂ 1947 ਦੀ ਵੰਡ 'ਚ ਕੋਈ ਧੀ ਧਰਮ ਦੇ ਨਾਮ 'ਤੇ ਕੁਰਲਾਈ ਹੋਵੇਗੀ। ਸਾਲ ਪੁਰਾਣੀ ਇਹ ਹਵੇਲੀ ਦੀਵਾਨ ਟੋਡਰ ਮੱਲ ਜੀ ਨੇ ਖਰੀਦੀ ਮੋਹਰਾਂ ਦੇ ਕੇ ਸੋਨੇ ਦੀਆਂ, ਤਾਂ ਜੋ ਉਹ ਮਾਤਾ ਗੁਜਰੀ ਜੀ ਦਾ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰ ਸਕਣ। ਸਰਹੰਦੀ ਇੱਟਾਂ ਦੇ ਨਾਲ ਬਣੀ ਇਹ ਹਵੇਲੀ ਬੇਸ਼ੱਕ ਅੱਜ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ, ਪਰ ਇਸ ਦੀਆਂ ਕੰਧਾਂ ਅੱਜ ਵੀ ਸ਼ਾਨੋ ਸ਼ੌਕਤ ਦੀ ਗਵਾਹੀ ਭਰਦੀਆਂ ਨੇ। ਇੱਕ ਵਾਰ ਸਰਹੰਦੀ ਇੱਟਾਂ ਦੇ ਤੁਸੀਂ ਵੀ ਦਰਸ਼ਨ ਕਰ ਲਵੋ। ਇਹ ਸਰਹੰਦੀ ਇੱਟਾਂ ਬੇਸ਼ੱਕ ਅੱਜ ਖੰਡਰ ਦੀ ਤਰ੍ਹਾਂ ਦਿਖ ਰਹੀਆਂ ਨੇ, ਪਰ ਫਿਰ ਵੀ ਸ਼ਾਨੋ ਸ਼ੌਕਤ ਦੀ ਗਵਾਹੀ ਭਰ ਰਹੀਆਂ ਨੇ। ਇਹ ਦੋ ਮੰਜ਼ਲੀ ਹਵੇਲੀ ਬੇਸ਼ੱਕ ਇਸ ਦੀ ਦੂਜੀ ਮੰਜ਼ਲ ਜੋ ਹੈ ਜ਼ਮੀਨ ਦੇ ਵਿੱਚ ਧਸ ਗਈ ਹੈ, ਪਰ ਫਿਰ ਵੀ ਸੰਘਰਸ਼ ਦਾ ਪ੍ਰਤੀਕ ਹੈ। ਇਸ ਮੰਜ਼ਿਲ ਦਾ, ਇਸ ਹਵੇਲੀ ਦੀਆਂ ਮੋਰੀਆਂ ਰੋਸ਼ਨਦਾਨ ਸੰਘਰਸ਼ ਕਰਦੇ ਅੱਜ ਵੀ ਉਦਾਂ ਹੀ ਪ੍ਰਤੀਕ ਹੁੰਦੇ ਨੇ। ਇੱਕ ਵਾਰ ਇਸ ਹਵੇਲੀ ਦੀਆਂ ਦੋਨਾਂ ਮੰਜ਼ਲਾਂ ਵੱਲ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਕੈਮਰਾ ਮਾਰ ਦੇਣ, ਤਾਂ ਜੋ ਸਾਰੇ ਤੁਸੀਂ ਵੀ ਦਰਸ਼ਨ ਕਰ ਲਵੋ। ਇਹ ਹਵੇਲੀ ਦੇ ਬਾਹਰੋਂ ਤਾਂ ਰੂਪ ਦੇਖ ਲਿਆ, ਪਰ ਇਸ ਹਵੇਲੀ ਦੇ ਅਸੀਂ ਅੰਦਰੋਂ ਵੀ ਦਰਸ਼ਨ ਕਰਾਂਗੇ। ਤੁਹਾਨੂੰ ਅੰਦਰ ਵੀ ਲੈ ਚੱਲਦੇ ਹਾਂ ਅਤੇ ਤੁਸੀਂ ਇੱਕ ਵਾਰ ਇਸ ਹਵੇਲੀ ਦੇ ਅੰਦਰੋਂ ਵੀ ਦਰਸ਼ਨ ਕਰ ਲਵੋ ਅਤੇ ਬਾਕੀ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਜਾਣੂ ਕਰਵਾਉਂਦੇ ਹਾਂ।
ਇਹ ਹਵੇਲੀ ਦੀ ਅੰਦਰਲੀ ਸਾਈਡ ਹੈ ਜੋ ਕਿ ਸਰਹੰਦੀ ਇੱਟਾਂ ਦੇ ਨਾਲ ਹੀ ਬਣੀ ਹੋਈ ਹੈ। ਟੋਡਰਮੱਲ ਜੀ ਦਾ ਜੱਦੀ ਪਿੰਡ ਕਾਕੜਾ ਜ਼ਿਲ੍ਹਾ ਸੰਗਰੂਰ ਸੀ ਅਤੇ ਇਹ ਪਰਿਵਾਰ ਅਗਰਵਾਲ ਭਾਈਚਾਰੇ ਨਾਲ ਸੰਬੰਧਿਤ ਸੀ। ਸਿੱਖੀ ਸੇਵਕੀ ਇਹਨਾਂ ਦੇ ਘਰ ਵਿੱਚ ਹੀ ਪੜਦਾਦਿਆਂ ਤੋਂ ਚੱਲਦੀ ਆ ਰਹੀ ਸੀ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਾਲਵਾ ਇਲਾਕੇ ਦੇ ਵਿੱਚ ਸੰਗਤਾਂ ਨੂੰ ਉਤਾਰਦੇ ਹੋਏ ਜਾ ਰਹੇ ਸਨ। ਤਾਂ ਉਸ ਸਮੇਂ ਟੋਡਰਮੱਲ ਨੇ ਗੁਰੂ ਸਾਹਿਬ ਅਤੇ ਨਾਲ ਦੇ ਸਾਰੇ ਸਿੱਖਾਂ ਨੂੰ ਆਪਣੇ ਘਰ ਲਿਜਾ ਕੇ ਅਤੇ ਲੰਗਰ ਪਾਣੀ ਛਕਾ ਕੇ ਸੇਵਾ ਕੀਤੀ। ਹੀਰੇ ਜਨਮ ਤੇ ਜਿਨ੍ਹਾਂ ਨੂੰ ਸਮਝ ਪੈ ਗਈ, ਸੋਨਾ ਵਿਛਾ ਕੇ ਧਰਤੀ ਚਮਕਾ ਦਿੱਤੀ, ਰੰਗ ਰੱਬੀ ਇਸ਼ਕ ਦਾ ਜਿਨ੍ਹਾਂ ਨੂੰ ਚੜ ਜਾਵੇ ਉਹਨਾਂ ਜਿੰਦ ਗੁਰੂ ਦੇ ਲੇਖੇ ਲਾ ਦਿੱਤੀ। ਇਹ 17 ਜੋੜੇ ਠੀਕ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ 'ਤੇ ਟੁੱਕਦੀਆਂ ਨੇ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਅਤੇ ਉੱਥੇ ਹੀ ਟੋਡਰਮੱਲ ਜੀ ਨੇ ਉਹਨਾਂ ਦਾ ਸੰਸਕਾਰ ਕੀਤਾ ਇਸ ਹਵੇਲੀ ਦੇ ਵਿੱਚ। ਇਸ ਹਵੇਲੀ ਦੇ ਤੁਸੀਂ ਵੀ ਇੱਕ ਵਾਰ ਦਰਸ਼ਨ ਕਰ ਲਵੋ, ਬੜੀ ਹੀ ਪਵਿੱਤਰ ਜਗ੍ਹਾ ਹੈ ਇਹ। ਜਦ 1705 ਈਸਵੀ ਦੇ ਵਿੱਚ ਵਜ਼ੀਰ ਖਾਨ ਨੇ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਨੀਹਾਂ ਵਿੱਚ ਚਿਣ ਦਿੱਤਾ ਅਤੇ ਮਾਂ ਗੁਜਰੀ ਨੂੰ ਕਸ਼ਟ ਦੇ ਕੇ ਸ਼ਹੀਦ ਕੀਤਾ, ਅਗਲੇ ਦਿਨ ਦੀਵਾਨ ਟੋਡਰਮੱਲ ਨੇ 7800 ਸੋਨੇ ਦੀਆਂ ਮੋਹਰਾਂ ਧਰਤੀ 'ਤੇ ਖੜੀਆਂ ਰੱਖ ਕੇ ਪੁਮਾਇਸ਼ ਨਾਲ ਜ਼ਮੀਨ ਖਰੀਦੀ, ਜੋ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਜਿੱਥੇ ਸ਼੍ਰੀ ਜੋਤੀ ਸਰੂਪ ਸੁਸ਼ੋਭਿਤ ਹੈ। ਇੱਥੇ ਅੰਗੀਠਾ ਸਾਹਿਬ ਬਣਾ ਕੇ ਤਿੰਨੇ ਪਾਵਨ ਸਰੀਰਾਂ ਨੂੰ ਰੱਖ ਕੇ ਮਰਿਆਦਾ ਅਨੁਸਾਰ ਸੰਸਕਾਰ ਕੀਤਾ ਗਿਆ। ਇਸ ਪਵਿੱਤਰ ਜਗ੍ਹਾ ਬਾਰੇ ਸ਼ਾਇਦ ਹੀ ਕੋਈ ਜਾਣੂ ਹੋਵੇਗਾ, ਪਰ ਸਾਡੀ ਹਮੇਸ਼ਾ ਤੋਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਣੇ ਦਰਸ਼ਕਾਂ ਲਈ ਕੁਛ ਨਾ ਕੁਛ ਨਵਾਂ ਲੈ ਕੇ ਆਈਏ ਔਰ ਨਵੀਆਂ ਨਵੀਆਂ ਚੀਜ਼ਾਂ ਬਾਰੇ ਆਪਣੇ ਦਰਸ਼ਕਾਂ ਨੂੰ ਜਾਣੂ ਕਰਵਾਈਏ। ਇਹ ਪਵਿੱਤਰ ਜਗ੍ਹਾ ਦੀਵਾਨ ਟੋਡਰਮੱਲ ਜੀ ਦੀ ਹਵੇਲੀ, ਜੋ ਕਿ ਬੇਸ਼ੱਕ ਅੱਜ ਖੰਡਰ ਦਾ ਰੂਪ ਧਾਰਨ ਕਰੀ ਬੈਠੀ ਹੈ, ਪਰ ਫਿਰ ਵੀ ਸ਼ਾਨੋ ਸ਼ੌਕਤ ਦੀ ਗਵਾਹੀ ਭਰ ਰਹੀ ਹੈ। ਇਸ ਦੇ ਰੋਸ਼ਨਦਾਨ, ਇਸ ਦੀਆਂ ਮੋਰੀਆਂ ਜੋਣੇ ਅੱਜ ਵੀ ਸੰਘਰਸ਼ ਕਰਦੇ ਪ੍ਰਤੀਕ ਦਿਖਦੇ ਨੇ। ਪਰ ਤੁਹਾਨੂੰ ਦੱਸ ਦਿੰਦੇ ਹਾਂ ਵੀ ਇਹ ਜੋ ਹਵੇਲੀ ਹੈ ਬਹੁਤ ਹੀ ਪਵਿੱਤਰ ਹੈ ਅਤੇ ਅੱਜ ਡੇਲੀ ਪੋਸਟ ਪੰਜਾਬੀ ਦੀ ਟੀਮ ਜੋ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਟੋਡਰਮੱਲ ਦੀ ਹਵੇਲੀ ਪਹੁੰਚੀ ਹੈ, ਜਿੱਥੇ ਅਸੀਂ ਹਵੇਲੀ ਦੇ ਇਤਿਹਾਸ ਬਾਰੇ ਜਾਣਿਆ ਅਤੇ ਤੁਹਾਨੂੰ ਵੀ ਜਾਣੂ ਕਰਵਾਇਆ ਅਤੇ ਹਵੇਲੀ ਦੇ ਦਰਸ਼ਨ ਕਰਵਾਏ। ਅਤੇ ਅੱਜ ਦੀ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਫਿਲਹਾਲ ਇੰਨਾ ਹੀ। ਡੇਲੀ ਪੋਸਟ ਪੰਜਾਬੀ ਦੇਖਣਾ ਤੁਸੀਂ ਨਹੀਂ ਭੁੱਲਣਾ। ਮੈਨੂੰ ਯਾਨੀ ਕਿ ਮਨਪ੍ਰੀਤ ਖੁੱਲਰ ਨੂੰ ਦਿਓ ਇਜਾਜ਼ਤ, ਕੈਮਰਾਮੈਨ ਦਰਸ਼ਨ ਦੇ ਨਾਲ ਮਨਪ੍ਰੀਤ ਖੁੱਲਰ, ਡੇਲੀ ਪੋਸਟ, ਫਤਿਹਗੜ੍ਹ ਸਾਹਿਬ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।